ਹਾਂਜੀ ਵੀਰ ਜੀ, ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਅੱਜ ਜਰਸੀ ਗਾਈਆਂ ਸੇਲ ਲਈ ਲੈ ਕੇ ਆਏ ਤੁਹਾਡੇ ਲਈ ਜੀ। ਠੀਕ ਹੈ ਵੀਰ ਜੀ, ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਵੀਰ ਜੀ ਗੱਲ ਜ਼ਰੂਰ ਕਰਨਾ ਚਾਹਾਂ, ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਜੀ, ਤੁਸੀਂ ਵੀਰ ਜੀ ਮੇਰੇ ਨੰਬਰ 'ਤੇ ਸੈਂਡ ਕਰ ਸਕਦੇ ਆ। ਨੰਬਰ ਵੀਰ ਜੀ ਮੇਰਾ ਹੈਗਾ 70094-9279, 70094-9279, ਇਹੀ ਮੇਰਾ ਵਟਸਐਪ ਨੰਬਰ, ਤਾਂ ਕਿ ਤੁਸੀਂ 2-2.5 ਮਿੰਟ ਦੀ ਵੀਡੀਓ ਅਤੇ ਸਹੀ ਡਿਟੇਲ ਸਮੇਤ ਫੋਨ ਨੂੰ ਟੇਢਾ ਰੱਖ ਕੇ ਵੀਡੀਓ ਬਣਾਓ ਜੀ, ਜਿਸ ਤਰ੍ਹਾਂ ਇਹਨਾਂ ਵੀਰ ਜੀ ਨੇ ਬਣਾਈ ਹੈ ਜੀ। ਠੀਕ ਹੈ ਜੀ, ਅਤੇ ਕਿਸੇ ਨੂੰ ਦਿੱਕਤ ਨਾ, ਪ੍ਰਾਈਜ਼ ਨਾਲ ਜ਼ਰੂਰ ਦੱਸੋ ਜੀ। ਠੀਕ ਹੈ, ਅਤੇ ਵੀਰ ਜੀ ਜਿਹੜੀਆਂ ਗਾਈਆਂ ਇਸ ਟਾਈਮ ਹੈ ਜੀ, ਇਹਨਾਂ ਓਨਰ ਹੈਗੇ ਜੀ ਚਮਕੌਰ ਸਿੰਘ, ਪਿੰਡ ਈਸੇਵਾਲ, ਡਿਸਟ੍ਰਿਕਟ ਜਲੰਧਰ। ਠੀਕ ਹੈ ਜੀ, ਈਸੇਵਾਲ ਹੈ ਜੀ ਪਿੰਡ, ਡਿਸਟ੍ਰਿਕਟ ਜਲੰਧਰ ਵਿੱਚ ਹੈ ਜੀ। ਠੀਕ ਹੈ ਜੀ, ਅਤੇ ਵੀਰ ਜੀ ਇਹਨਾਂ ਕੋਲ ਸਾਰੀਆਂ ਜਰਸੀ ਗਾਈਆਂ ਜੀ ਸੇਲ ਹੁੰਦੀਆਂ ਨੇ, ਅੱਗੇ ਬਹੁਤ ਸਾਰੀ ਵੀਡੀਓ ਪਾਈਆਂ ਜੀ ਆਪਾਂ ਇਹਨਾਂ ਦੀਆਂ। ਇਸ ਟਾਈਮ ਇਹਨਾਂ ਕੋਲ 20-20 ਲੀਟਰ ਵਾਲੀਆਂ 3 ਗਾਈਆਂ ਖੜੀਆਂ ਜੀ। ਠੀਕ ਹੈ, ਤੁਹਾਨੂੰ ਸ਼ਾਇਦ ਨਜ਼ਰ ਵੀ ਆ ਰਹੀਆਂ ਨੇ ਸਾਰੀਆਂ। ਅਤੇ ਇਹਨਾਂ ਕੋਲ ਹੋਰ ਵੱਛੀਆਂ ਵੀ ਹੈਗੀਆਂ ਗੱਭਣਾ ਜੀ, ਉਹ ਵੀ ਸੇਲ ਹੈ ਜੀ, ਕਿਉਂਕਿ ਕੱਲ੍ਹ ਹੀ ਵੀਡੀਓ ਆਈ ਹੈ ਜੀ, ਅੱਜ ਹੀ ਪਾਉਣ ਲੱਗੇ ਜੀ ਇਸੇ ਕਰਕੇ। ਠੀਕ ਹੈ ਜੀ, ਅਤੇ ਪ੍ਰਾਈਜ਼ ਤੁਸੀਂ ਉਹਨਾਂ ਤੋਂ ਪਤਾ ਕਰ ਸਕਦੇ, ਪ੍ਰਾਈਜ਼ ਉਹਨਾਂ ਨੂੰ ਦੱਸਿਆ ਵਾ ਕਿ 15 ਤੋਂ ਲੈ ਕੇ 35 ਤੀਕਰ ਇਹ ਗੱਭਣਾ ਮੱਛੀਆਂ ਦਾ ਰੇਟ ਹੈ ਜੀ। ਠੀਕ ਹੈ ਜੀ, ਉਦੋਂ ਬਾਅਦ 35 ਤੋਂ ਲੈ ਕੇ 70 ਤੀਕਰ, ਮਤਲਬ ਕਿ ਜਿਹੜੀਆਂ ਦੂਜੀਆਂ ਵਾ ਦੁੱਧ ਵਾਲੀਆਂ ਗਾਈਆਂ, ਠੀਕ ਹੈ ਜੀ, ਉਹਨਾਂ ਰੇਟ ਆ। ਮੱਛੀਆਂ 10,000-15,000 ਹੈ ਜੀ, ਇਹ ਮੱਛੀਆਂ ਦਾ ਉਹਨਾਂ ਰੇਟ ਹੈ ਜੀ। ਠੀਕ ਹੈ, ਇਹਨਾਂ ਕੋਲ ਬਹੁਤ ਹੀ ਚੰਗੀਆਂ ਬਰੀਡ ਦੀਆਂ ਗਾਈਆਂ ਹੁੰਦੀਆਂ ਨੇ ਜੀ, ਕੁਛ ਹਿਮਾਚਲ ਦੀਆਂ ਵੀ ਹੁੰਦੀਆਂ ਜੀ, ਬਾਕੀ ਇਹ ਬਾਕੀ ਬਰੀਡ ਦੀਆਂ ਬੜੀਆਂ ਗਾਈਆਂ ਖਰੀਦਦੇ ਜੀ, ਕਿਤੇ ਫਾਰਮ ਤੋਂ ਖਰੀਦ ਕੇ ਲਿਆਉਂਦਾ ਜੀ। ਠੀਕ ਹੈ ਜੀ, ਜਿਸ ਤਰ੍ਹਾਂ ਵੀਰ ਜੀ ਉਹਨਾਂ ਮੈਨੂੰ ਡਿਟੇਲ ਦੱਸੀ ਉਹਨਾਂ ਉਸ ਤਰ੍ਹਾਂ ਮੈਂ ਤੁਹਾਨੂੰ ਦੱਸ ਦਿੱਤੀ ਜੀ। ਠੀਕ ਹੈ, ਨੰਬਰ ਇਹਨਾਂ ਹੈਗਾ 9725-10772, 9725-10772, ਇਹੀ ਇਹਨਾਂ ਦਾ ਵਟਸਐਪ ਨੰਬਰ ਹੈ ਜੀ, ਤਾਂ ਕਿ ਤੁਸੀਂ ਇਹਨਾਂ ਨੂੰ ਗੱਲਬਾਤ ਕਰ ਸਕਦੇ, ਜਿਸ ਤਰ੍ਹਾਂ ਤੁਹਾਨੂੰ ਰੇਟ ਦਾ ਲੱਗੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ। ਠੀਕ ਹੈ ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।